ਪੰਜਾਬ ਜਾਂ ਪੂਰੇ ਭਾਰਤ ਵਿੱਚ ਤੁਸੀਂ ਕਿਤੇ ਵੀ ਚਲੇ ਜਾਓ, ਤੁਹਾਨੂੰ ਚਾਹ ਦਾ ਕੱਪ ਪੀਣ ਲਈ 5 ਤੋਂ 10 ਰੁਪਏ ਦੇਣੇ ਪੈਂਦੇ ਨੇ। ਪਰ ਅਮਰੀਕਾ ਤੋਂ ਆਏ ਇੱਕ NRI ਜੋੜੇ ਨੂੰ ਚਾਹ ਦੇ ਇੱਕ ਕੱਪ ਦੀ ਕੀਮਤ 10 ਲੱਖ ਰੁਪਏ ਅਦਾ ਕਰਨੀ ਪਈ। ਜੀ ਹਾਂ, ਪੂਰੇ 10 ਲੱਖ ਰੁਪਏ। ਅਸਲ ਵਿੱਚ ਬਰਨਾਲਾ ਦੇ ਕਸਬਾ ਪਦੋੜ ਦਾ NRI ਜੋੜਾ ਦਿੱਲੀ ਏਅਰਪੋਰਟ ਵੱਲ ਜਾਂਦਿਆਂ ਰੋਹਤਕ ਦੇ ਇੱਕ ਢਾਬੇ 'ਤੇ ਚਾਹ ਪੀਣ ਲਈ ਰੁਕਿਆ। ਉਹ ਹਾਲੇ ਢਾਬੇ ਦੇ ਅੰਦਰ ਹੀ ਜਾ ਰਹੇ ਸਨ ਕਿ ਹੋਰ ਗੱਡੀ ਵਾਲਿਆਂ ਨੇ ਉਹਨਾਂ ਦੀ ਕਾਰ ਦਾ ਸ਼ੀਸ਼ਾ ਟੁੱਟੇ ਹੋਣ ਬਾਰੇ ਦੱਸਿਆ। ਖਬਰ ਸੁਣਦਿਆਂ ਹੀ NRI ਜੋੜੇ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਾਣਕਾਰੀ ਦੇ ਮੁਤਾਬਕ ਮੋਟਰਸਾਈਕਲ 'ਤੇ ਆਏ ਲੁਟੇਰੇ ਕਾਰ ਦਾ ਸ਼ੀਸ਼ਾ ਤੋੜ ਕੇ ਕਾਰ 'ਚ ਰੱਖਿਆ ਬੈਗ ਲੈ ਕੇ ਫਰਾਰ ਹੋ ਗਏ। NRI ਜੋੜੇ ਦੇ ਮੁਤਾਬਕ ਬੈਗ ਵਿੱਚ 5800 ਅਮਰੀਕੀ ਡਾਲਰ, 22 ਤੋਲੇ ਸੋਨੇ ਦੇ ਗਹਿਣੇ, ਜਿਨ੍ਹਾਂ ਵਿੱਚ 2 ਹੀਰੇ ਦੀਆਂ ਮੁੰਦਰੀਆਂ ਵੀ ਸ਼ਾਮਲ ਨੇ, ਦੋਵਾਂ ਜੀਆਂ ਦੇ ਪਾਸਪੋਰਟ, ਅਮਰੀਕਾ ਦਾ ਨਰਸਿੰਗ ਕਾਰਡ, ਕ੍ਰੈਡਿਟ ਕਾਰਡ, ਟਿਕਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਆਦਿ ਰੱਖੇ ਹੋਏ ਸਨ। ਹਮ ਪੰਜਾਬ ਸੇ ਆਜ USA ਕੀ ਫਲਾਈਟ ਕੇ ਲੀਏ ਜਾ ਰਹੇ ਥੇ, ਤੋ ਰਾਸਤੇ ਮੇਂ ਇੱਕ ਮੰਨਤ ਢਾਬਾ ਜੋ ਪੜਤਾ ਹੈ, ਤੋ ਹਮ ਵਹਾਂ ਰੁਕੇ ਰੈਸਟ ਰੂਮ ਯੂਜ਼ ਕਰਨੇ ਕੇ ਲੀਏ ਔਰ ਥੋੜ੍ਹਾ ਚਾਏ ਲੈਣੇ ਕੇ ਲੀਏ। ਤੋ ਇਸ 15-20 ਮਿੰਟ ਮੇਂ ਇਤਨੇ ਮੇਂ ਇੱਕ ਦੋ ਬਾਈਕ ਸਵਾਰ ਆਏ ਔਰ ਉਹਨਾਂ ਹਮਾਰੀ ਗਾੜੀ ਕਾ ਸ਼ੀਸ਼ਾ ਤੋੜਾ ਔਰ ਹਮਾਰਾ ਜੋ ਕੀਮਤੀ ਸਮਾਨ ਥਾ, ਬੈਗ ਥਾ, ਵੋ ਲੈ ਕੇ ਨਿਕਲ ਗਏ ਔਰ ਸਾਥ ਉਸਕੇ ਬਾਅਦ ਜਬ ਅਦਰ ਵਹੀਕਲਸ ਵਾਲੋ ਨੇ ਬਤਾਇਆ ਕਿ ਆਪਕੀ ਗਾੜੀ ਕਾ ਸ਼ੀਸ਼ਾ ਟੁੱਟਾ ਪੜਾ ਹੈ, ਜਬ ਹਮ ਭਾਗ ਕੇ ਆ ਕੇ ਦੇਖਾ ਤੋ ਹਮਾਰਾ ਜੋ ਕੋਸਟਲੀ ਵੋ ਬੈਗੇਜ ਥਾ ਟੋਟਲੀ ਲੋਸ ਥਾ ਔਰ ਉਸਮੇ ਸੇ ਹਮਾਰੇ ਪਾਸਪੋਰਟ ਔਰ ਡਾਕੂਮੈਂਟਸ, ਕ੍ਰੈਡਿਟ ਕਾਰਡਸ, ਜਵੈਲਰੀਜ਼ ਐਂਡ ਅਦਰ ਲਾਈਕ ਰਿੰਗਸ, ਕੁਛ US ਕੈਸ਼ ਕਰੰਸੀ ਲਾਈਕ ਅਰਾਊਂਡ 5 to 6,000 ਡਾਲਰ, ਸੋ ਅਜੇ ਸਾਰੇ ਥੇ ਔਰ ਇਸਕੇ ਬਾਰੇ ਮੇਂ ਆਜ ਹਮ ਉਸਕੇ ਬਾਅਦ SP ਰੋਹਤਕ ਮਿਲੇ, ਉਹਨਾਂ ਹਮਾਰੇ ਕੋ ਆਸ਼ਵਾਸਨ ਦਿਆ ਕਿ ਉਹ ਜਲਦੀ ਇਸ ਪਰ ਕਾਰਵਾਈ ਕਰੇਂਗੇ ਔਰ ਜਿਤਨਾ ਹੋ ਸਕੇ ਜਲਦੀ ਸੇ ਜਲਦੀ ਇਸਕਾ ਨਿਖਾਰਾ ਕਰੇਂਗੇ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਦੀਆਂ ਤਸਵੀਰਾਂ CCTV ਕੈਮਰੇ 'ਚ ਕੈਦ ਹੋ ਗਈਆਂ ਨੇ, ਪਰ ਇਸ ਦੇ ਬਾਵਜੂਦ ਵੀ ਹਾਲੇ ਤੱਕ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਨੇ ਲੁਟੇਰੇ। ਦੂਜੇ ਪਾਸੇ ਪੁਲਿਸ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਕਾਬੂ ਕਰਨ ਦਾ ਦਾਅਵਾ ਕਰ ਰਹੀ ਹੈ। ਅੱਜ ਸਵੇਰ ਕਰੀਬ 4:15 ਵਜੇ ਅਮਰਦੀਪ ਔਰ ਉਸਕੀ ਅਰਨਦੀਪ ਇਹ ਪੰਜਾਬ ਬਰਨਾਲਾ ਸੇ ਔਰ US ਕੇ ਲੀਏ ਚਲੇ ਥੇ, ਜੋ ਯਹਾਂ ਕਲਾਉਡ ਸ਼ਾ ਆ ਗਏ ਮਨਦੀਪ ਮੰਨਤ ਢਾਬਾ ਪੇ ਚਾਏ ਵਗੈਰਾ ਕੇ ਲੀਏ ਰੁਕੇ, ਜੋ ਚਾਏ ਵਗੈਰਾ ਪੀ ਗਏ, ਇਹਨਾਂ ਨੂੰ ਬਾਹਰ ਆਇਆ ਤੋ ਇਨਕੀ ਗਾਡੀ ਕਾ ਸ਼ੀਸ਼ਾ ਟੁੱਟਾ ਮਿਲਾ ਔਰ ਉਸਮੇ ਇਨਕੇ ਜੋ ਪਾਸਪੋਰਟ ਵਗੈਰਾ, ਜ਼ਰੂਰੀ ਕਾਗਜ਼ਾਤ ਔਰ ਕੁਛ ਸੋਨੇ ਕਾ ਆਈਟਮ ਥੇ, ਵੋ ਨਾਮ ਮਾਲੂਮ ਨਾਮ ਵਿਅਕਤੀ ਸ਼ੀਸ਼ਾ ਤੋੜ ਕੇ ਚੋਰੀ ਕਰ ਲਿਆ। ਇਸ ਸੰਬੰਧ ਮੇਂ ਆਪਣੇ ਮੁਕਦਮਾ ਦਰਜ ਕਰ ਦਿਆ ਔਰ ਸਾਈਬਰ ਕੀ ਵੀ ਹੈਲਪ ਲਈ ਜਾ ਰਹੀ ਹੈ ਔਰ ਜਲਦ ਸੇ ਜਲਦ ਇਸਕਾ ਬਰਾਮਦ ਕਰਨੇ ਦੀ ਕੋਸ਼ਿਸ਼ ਕਰ ਰਹੇ। ਸਿਕਿਉਰਿਟੀ ਤੋਂ ਸਭ ਢਾਬੇ ਪਰ ਰੱਖੀ ਹੋਈ ਹੈ, ਪਰ ਸੁਬਹ ਸੁਬਹ ਕਾ ਟਾਈਮ ਥਾ, ਜੈਸੇ ਕੋ ਆਦਮੀ ਕੋਈ ਫਰੈਸ਼ ਹੋਣੇ ਕੇ ਲਈ ਇਧਰ ਉਧਰ ਚਲਾ ਜਾਤਾ ਤੋ ਵੋ ਦੇਖਤੇ ਰਹਤੇ ਹੈ। ਹਾਲਾਂਕਿ ਭਾਰਤ ਸਰਕਾਰ ਆਏ ਸਾਲ ਵੱਡੇ ਪੱਧਰ 'ਤੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਅਤੇ ਹੋਰਨਾਂ ਮੁੱਦਿਆਂ ਲਈ ਪ੍ਰਵਾਸੀ ਭਾਰਤੀ ਸੰਮੇਲਨ ਕਰਵਾਉਂਦੀ ਹੈ, ਜਿੱਥੇ ਅਜਿਹੇ ਪ੍ਰਵਾਸੀ ਭਾਰਤੀਆਂ ਦੇ ਪੱਖ ਵਿੱਚ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਆਪਣੇ ਦੇਸ਼ ਵਿੱਚ ਇਹਨਾਂ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਰਾਮ ਭਰੋਸੇ ਹੈ। ਆਪਣੀ ਮਿੱਟੀ ਦਾ ਪਿਆਰ ਇਹਨਾਂ NRI ਲੋਕਾਂ ਨੂੰ ਭਾਰਤ ਵਿੱਚ ਖਿੱਚ ਲਿਆਉਂਦਾ, ਪਰ ਇੱਥੇ ਆ ਕੇ ਉਹਨਾਂ ਨੂੰ ਆਪਣੇ ਇਸ ਪਿਆਰ ਦੀ ਕੀਮਤ ਆਪਣੀ ਲੁੱਟ ਕਰਵਾ ਕੇ ਚੁਕਾਉਣੀ ਪੈ ਰਹੀ ਹੈ।
ਡੀ5 ਚੈਨਲ ਪੰਜਾਬੀ ਲਈ ਕੁਲਜੀਤ ਸਿੰਘ ਸਿੱਧੂ।